ਅੱਜ ਅਸੀਂ ਦਰੰਗਲਾ ਥਾਣਾ ਦਾ ਜਿਹੜਾ ਘਰਾਓ ਕੀਤਾ ਕਿਰਤੀ ਕਿਸਾਨ ਯੂਨੀਅਨ ਵੱਲੋਂ ਅਸੀਂ ਇਲਾਕੇ ਭਰ ਦੇ ਕਿਸਾਨ ਜਿਹੜੇ ਇਕੱਠੇ ਹੋਏ ਆ ਇਹ ਸਾਰੇ ਅਸੀਂ SHO ਜਿਹੜਾ ਦਰੰਗਲਾ ਦਾ ਦਵਿੰਦਰ ਸ਼ਰਮਾ ਆ ਇਹਦੇ ਕੰਮਾਕਾਰਾਂ ਤੋਂ ਔਰ ਹਲਕਾ ਇੰਚਾਰਜ ਜਿਹੜਾ ਸ਼ਮਸ਼ੇਰ ਆਮ ਪਾਰਟੀ ਦਾ ਇਹਨਾਂ ਦੋਨਾਂ ਦੇ ਸਤਾਏ ਜਿਹੜੇ ਲੋਕ ਨੇ ਉਹ ਅੱਜ ਇੱਥੇ ਇਕੱਠੇ ਹੋਏ ਨੇ ਕਿਉਂਕਿ ਜਦੋਂ ਦਾ ਹਲਕਾ ਇੰਚਾਰਜ ਨੇ ਜਿਹੜਾ ਇਹਨੂੰ ਥਾਪੇ ਦਾ ਇੱਥੇ ਇਹਨਾਂ ਨੇ ਇਲਾਕੇ ਭਰ ਵਿੱਚ ਨਸ਼ਿਆਂ ਨੂੰ ਉਤਸ਼ਾਹਿਤ ਕੀਤਾ ਵਾ ਵੱਧ ਦਮਣੇ ਫੈਲਾਈ ਹੈ ਪਿੰਡਾਂ ਵਿੱਚ ਧੜੇਬੰਦੀ ਕੀਤੀ ਹੈ ਔਰ ਦੋਨਾਂ ਨੇ ਪੈਸਾ ਇਕੱਠਾ ਕੀਤਾ ਵਾ ਔਰ ਜਿੱਥੋਂ ਤੱਕ SHO ਦਰੰਗਲਾ ਦੀ ਗੱਲ ਕੀਤੀ ਹੈ ਅਸੀਂ ਚੋਣਾਂ ਦੇ ਦੌਰਾਨ ਸਾਡੇ ਨਾਲ ਗੱਲ ਹੋਈ ਹੈ ਕਿ ਆਪਣੇ ਪਿੰਡ 'ਚ ਅਮਨ ਮਾਨ ਰੱਖਿਓ ਤੁਸੀਂ ਅਸੀਂ ਆਖਿਆ ਬਿਲਕੁਲ ਰੱਖਾਂਗੇ ਪਰ ਇੱਕ ਤਰਫਾ ਅਮਨ ਮਾਨ ਜਿਹੜਾ ਸਾਡੇ ਲਈ ਹੋਇਆ ਦੂਸਰੇ ਪਾਸੇ ਜਿਹੜੇ ਆਮ ਪਾਰਟੀ ਨੇ ਔਰ ਇਹਦੀ ਛੱਤਰਛਾਇਆ ਹੇਠ ਜਿਹੜੇ ਸਰਪ੍ਰਸਤੀ ਹੇਠ ਜਿਹੜਾ ਜੇਤੂ ਉਮੀਦਵਾਰਾਂ ਨੇ ਸਾਨੂੰ ਸ਼ਰੇ ਆਮ ਜਿਹੜਾ ਨਾ ਘਰ ਦੇ ਵਿੱਚ ਗਾਲਾਂ ਕੱਢੀਆਂ ਨੇ ਚੌਕ ਦੇ ਵਿੱਚ ਆ ਕੇ ਖਰੂਦ ਕੀਤਾ ਵਾ ਚਾਂਗਰਾਂ ਮਾਰੀਆਂ ਨੇ ਲਲਕਾਰੇ ਮਾਰੇ ਨੇ ਔਰ ਸਾਨੂੰ ਝਗੜੇ ਲਈ ਉਕਸਾਉਣ ਦਾ ਯਤਨ ਕੀਤਾ ਪੂਰਾ ਪਰ ਅਸੀਂ ਕਿਉਂਕਿ ਜਥੇਬੰਦੀਆਂ ਵਾਲੇ ਲੋਕ ਹੈ ਸਾਨੂੰ ਪਤਾ ਹਾਰ ਜਿੱਤ ਹੁੰਦੀ ਹੁੰਦੀ ਹੈ ਅਸੀਂ ਲਗਾਤਾਰ ਕਈ ਵਾਰ ਹਾਰੇ ਵੀ ਅਤੇ ਜਿੱਤੇ ਵੀ ਹਾਂ ਅਸੀਂ ਪਰ ਅਸੀਂ ਅੱਗੋਂ ਕੋਈ ਮੋੜਵਾਂ ਜਵਾਬ ਨਹੀਂ ਦਿੱਤਾ ਅਸੀਂ ਚਾਹੁੰਦੇ ਸੀ ਵੀ ਕਾਨੂੰਨੀ ਦਾਇਰੇ ਨਾਲ ਕੀਤਾ ਜਾਏ ਅਸੀਂ 3 ਦਿਨ ਬਾਅਦ ਜਿਹੜਾ SHO ਨੂੰ ਇੱਥੇ ਦਰਖਾਸਤ ਦੇ ਕੇ ਗਏ ਹਾਂ ਆਹ CCTV ਫੁਟੇਜ ਆ ਜਿਹਦੇ ਵਿੱਚ ਸਾਨੂੰ ਕਾਮਰੇਡ ਕਹਿ ਕੇ ਨਾਂ ਲੈ ਕੇ ਗਾਲਾਂ ਕੱਢੀਆਂ ਜਾ ਰਹੀਆਂ ਨੇ ਔਰ ਇਹਨਾਂ ਦਾ ਭਤੀਜਾ ਜਿਹੜਾ ਤਰਸੇਮ ਸਿੰਘ ਦਾ ਉਹ ਸ਼ਰਿਆਮ ਇਹਨਾਂ ਦੇ ਪਰਿਵਾਰ ਨੂੰ ਗਾਲੀ ਗਲੋਚ ਕਰ ਰਿਹਾ ਵਾ ਪਰ ਉਹ ਜੋ ਪੁਲਿਸ ਨੇ ਸਾਡੀ ਦਰਖਾਸਤ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਦੂਸਰੀ ਦਰਖਾਸਤ ਹੈ ਵੀ ਇੱਕ ਸ਼ਰਾਬੀ ਕਵਾਬੀ ਬੰਦੇ ਨੂੰ ਜਿਹੜਾ ਇਹਨਾਂ ਨੇ ਉਤਸ਼ਾਹਿਤ ਕੀਤਾ ਆਮ ਪਾਰਟੀ ਨੇ ਔਰ ਉਹਨੇ ਸਾਡੀ ਨੂੰਹ ਆ ਜਿਹੜੀ ਉਹਦਾ ਸ਼ਰਾਬ ਪੀ ਕੇ ਤੇ ਪ੍ਰਸਿੱਧੀ ਮਾਰ ਦਿੱਤੀ ਸਕੂਟਰੀ ਉਹਦਾ ਵੀ ਮੈਡੀਕਲ ਹੋਇਆ ਉਹਦੀ ਦਰਖਾਸਤ ਵੀ ਦਿੱਤੀ ਹੈ ਪਰ ਕੋਈ ਕਾਰਵਾਈ ਨਹੀਂ ਇਸੇ ਤਰ੍ਹਾਂ ਇੱਕ ਹੋਰ ਵਾ 3 ਦਰਖਾਸਤਾਂ ਸਾਡੇ ਪਿੰਡ ਦੀਆਂ ਨੇ ਤਿੰਨਾਂ ਦੇ ਵਿੱਚ ਅਸੀਂ ਅਸਲ 'ਚ ਇਹਨੂੰ ਪੈਸਾ ਨਹੀਂ ਦਿੱਤਾ ਕੋਈ ਵੀ ਜਿਸ ਵਜ੍ਹਾ ਕਰਕੇ ਇਹ ਜਿਹੜਾ ਨਾ ਸਾਡੇ ਦਰਖਾਸਤ ਤੋਂ ਕੰਮ ਨਹੀਂ ਕਰ ਰਿਹਾ ਉਲਟਾ ਸਾਨੂੰ ਕਹਿ ਰਿਹਾ ਵਾ ਵੀ ਤੁਹਾਡੇ ਖਿਲਾਫ਼ ਵੀ ਜਿਹੜੀ ਹੈ ਨਾ 57 ਦੀ ਇੱਕ ਦਰਖਾਸਤ ਆਈ ਦੀ ਹੈ ਅਤੇ ਕਿੱਦਣ ਤੁਹਾਡਾ ਸਮਾਂ ਵਾ ਸੋ ਇਸ ਕਰਕੇ ਸਾਡੀ ਬੇਨਤੀ ਇਹ ਹੈ ਕਿ ਵੀ ਅਸੀਂ ਪੀੜਤ ਲੋਕ ਹੈ ਸਾਡੀ ਮਦਦ ਕਰਨ ਦੀ ਬਜਾਏ ਉਲਟਾ ਸਾਡੇ ਨਾਲ ਬਰਾਬਰ 57 ਕਰਕੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਅਤੇ ਸਾਡੀ ਅੱਜ ਮੰਗ ਇਹ ਹੈ ਇੱਥੇ ਕਿ ਇਸ SHO ਨੂੰ ਜਿਹਨੇ ਸਾਡੇ ਹਲਕੇ ਦਾ ਅਮਨ ਚੈਨ ਵਿਗਾੜਿਆ ਵਾ ਜਿਹਨੇ ਨਸ਼ਿਆਂ ਨੂੰ ਉਤਸ਼ਾਹਿਤ ਕੀਤਾ ਵਾ ਜਿਹਨੇ ਸੁਲਤਾਨੀ ਪਿੰਡ ਦੇ ਵਿੱਚ ਇਹੋ ਜਿਹੇ ਅਨਸਰਾਂ ਨੂੰ ਹੱਲੇਸ਼ੇਰੀ ਦਿੱਤੀ ਹੈ ਔਰ ਪੀੜਤ ਲੋਕਾਂ ਨੂੰ ਇਨਸਾਫ਼ ਦੇਣ ਦੀ ਬਜਾਏ ਪੈਸੇ ਲੈ ਕੇ ਉਹਨਾਂ ਦਾ ਪੱਖ ਪੂਰ ਰਿਹਾ ਇਹੋ ਜਿਹੇ SHO ਦੀ ਤੁਰੰਤ ਬਦਲੀ ਹੋਵੇ ਇਹਦੇ ਨਾਲ 2 ਹੋਰ ਨੇ ਇੱਕ ਹੌਲਦਾਰ ਕੁਲਦੀਪ ਸਿੰਘ ਔਰ ਇੱਕ SI ਸੁਲਿੰਦਰ ਸਿੰਘ ਆ ਇਹਨਾਂ ਨੂੰ ਵੀ ਤਿੰਨਾਂ ਨੂੰ ਨਾਲ ਜਿਹੜਾ ਚੱਲਦਾ ਕੀਤਾ ਜਾਏ ਅਤੇ ਇਲੈਕਸ਼ਨ ਦੇ ਵਿੱਚ ਮੇਰੀ ਨੌਂ ਖੜੀ ਸੀ ਅਤੇ ਉਹ ਬਣ ਗਈ ਮਤਲਬ ਮੈਂਬਰ ਬਣ ਗਈ ਅਤੇ ਵਿਰੋਧੀ ਪਾਰਟੀ ਜਿਹੜੀ ਆਮ ਪਾਰਟੀ ਦੇ ਆ ਨਾ ਬੰਦੇ ਉਹਨਾਂ ਦੇ ਬੰਦੇ ਵੀ ਸਾਡੇ ਮੁਕਾਬਲੇ 'ਚ ਖੜ੍ਹੇ ਸੀ ਅਤੇ ਉਹ ਹਾਰ ਗਏ 2 ਬੰਦੇ ਸੀ ਉਹਨਾਂ ਨੇ ਖਿਲਾਰੇ ਦੋਵੇਂ ਹਾਰ ਗਏ ਉਹ ਅਤੇ ਅਸੀਂ ਤਾਂ ਆਪਣੇ ਘਰ ਸੀ ਅਤੇ ਸ਼ਾਮਾਂ ਪਈਆਂ ਅਤੇ ਉਹ ਜਿਹੜਾ ਇੱਕ ਸਰਪੰਚ ਸੀ ਪਿੰਡ 'ਚੋਂ ਉਹ ਜਿੱਤ ਗਿਆ ਆਮ ਪਾਰਟੀ ਦਾ ਪਤਾ ਨਹੀਂ ਕਿੱਦਾਂ ਮਤਲਬ ਜਿੱਤ ਗਿਆ ਉਹ ਇਹਨਾਂ ਨੇ ਕੀ ਕੀਤਾ ਢੋਲ ਲੈ ਕੇ ਅਤੇ ਜਾਣ ਬੁੱਝ ਕੇ ਉਹ ਜਿਹੜਾ ਸਰਪੰਚ ਸੀ ਉਸ ਕੋਲ ਪੱਲਾ ਛਡਾਉਂਦਾ ਸੀ ਉਹਨਾਂ ਕੋਲੋਂ ਵੀ ਛੱਡੋ ਥਾਂ ਯਾਰ ਚਲੋ ਉਹ ਵੀ ਜਿੱਤੇ ਦੇ ਆ ਅਤੇ ਕੀ ਕਰਨਾ ਐਵੇਂ ਇਹਨਾਂ ਜਾਣ ਬੁੱਝ ਕੇ ਬਦਲਾ ਲੈਣ ਵਾਸਤੇ ਹੀ ਐਵੇਂ ਮਤਲਬ ਸਾਨੂੰ ਡਰਾਉਣ ਵਾਸਤੇ ਉਹ ਢੋਲ ਲੈ ਕੇ ਅਤੇ ਚਾਂਗਰਾ ਮਾਰਦੇ ਸਾਡੇ ਮਹੱਲੇ ਵੱਲ ਨੂੰ ਆ ਗਏ ਅਤੇ ਫਿਰ ਇੱਥੇ ਸਾਡੇ ਘਰ ਮੂਹਰੇ ਜਾ ਕੇ ਨਾ ਅਤੇ ਚਾਂਗਰਾ ਚੁੰਗਰਾ ਮਾਰੀਆਂ ਫਿਰ ਨਾਂ ਲੈ ਲੈ ਕੇ ਗਾਲਾਂ ਕੱਢੀਆਂ ਸਾਨੂੰ ਅਤੇ ਅਸੀਂ ਚੁੱਪ ਕਰ ਰਹੇ ਅਤੇ ਉਹ ਸਾਡੇ ਕੈਮਰੇ ਲੱਗੇ ਰਹੇ ਘਰੇ ਅਤੇ ਉਹ ਸਭ ਕੁਝ ਉਹਨਾਂ ਕੈਚ ਕਰ ਲਿਆ ਉਹ ਬਾਅਦ ਦੇ ਵਿੱਚ ਸਾਡੇ ਕੋਲ ਵੀਡੀਓ ਵੀ ਹੈ ਸਾਰੀ ਬਣੀ ਦੀ ਉਹ ਜੋ ਹੋਇਆ ਕੁਝ ਮਤਲਬ ਬਹੁਤ ਧੱਕਾ ਕੀਤਾ ਫਿਰ ਅਸੀਂ ਕਾਰਵਾਈ ਸਤਬੀਰ ਸਿੰਘ ਵੀ ਨਾਲ ਹੀ ਸਾਡੇ ਸਾਰੇ ਇਲੈਕਸ਼ਨ 'ਚ ਅਸੀਂ ਇਕੱਠੇ ਹੀ ਰਹੇ ਹਾਂ ਅਤੇ ਇਹਨੂੰ ਵਿਚਾਰੇ ਨੂੰ ਵੀ ਇਹਦਾ ਕੋਈ ਰੋਲ ਨਹੀਂ ਵਿੱਚ ਖੜ੍ਹਾ ਨਹੀਂ ਜਾਂ ਹਾਰਿਆ ਨਹੀਂ ਇਹ ਤਾਂ ਇਹਨੂੰ ਵੀ ਗਾਲਾਂ ਕੱਢੀਆਂ ਉਹ ਸਾਰੇ ਵੀਡੀਓ ਜਿਹੜੀ ਬਣੀ ਆ ਨਾ ਉਹਦੇ ਵਿੱਚ ਸੁਣਦੀਆਂ ਸਾਰੀਆਂ ਹੀ ਅਤੇ ਅਸੀਂ ਅੱਕ ਕੇ ਅੱਜ ਤੁਰੇ ਹਾਂ ਘਰੋਂ ਵੀ ਇਹ ਤਾਂ ਹਨੇਰੀ ਪੈ ਜਾਏਗਾ ਇਹ ਭਲੇ ਮਨਸ ਬੰਦੇ ਨੂੰ ਅੰਦਰ ਆਣ ਕੇ ਵੀ ਕੱਲ੍ਹ ਨੂੰ ਕਰ ਸਕਦੇ ਆ ਸਭ ਕੁਝ ਪੁਲਿਸ ਹੁਣ ਅਜੇ ਤੱਕ ਤਾਂ ਕੋਈ ਗੱਲਬਾਤ ਹੋਈ ਨਹੀਂ ਅਤੇ ਉਹਦਾ ਕਹਿਣ ਡਿਆ ਤੁਹਾਡੀ ਵੀ ਤੁਹਾਡੀ ਵੀ ਅਸੀਂ 57 ਕਰ ਦਿੰਦੇ ਹਾਂ ਤੁਹਾਡੀ ਵੀ ਸੱਤ ਜਿਹੜੀ ਤੁਸੀਂ ਦੇ ਕੇ ਅਤੇ ਉਹ ਵੀ 57 ਹੀ ਆ ਅਤੇ ਇਹ ਅਸੀਂ ਤੁਹਾਡੀ ਵੀ ਕਰ ਦਿੰਦੇ ਹਾਂ ਅਤੇ ਉਹ ਕਿੱਡੀ ਨਜਾਇਜ਼ ਗੱਲ ਹੈ ਕਿੱਡਾ ਧੱਕਾ ਹੀ ਹੈ ਕਿਸਮ ਦਾ ਇਹ ਜੀ ਇੱਕ ਸਾਡੇ ਨਾਲ ਸ਼ਰੇ ਆਮ ਸਭ ਕੁਝ ਸਾਡੇ ਕੋਲ ਸਬੂਤ ਆ ਸਭ ਕੁਝ ਗਾਲਾਂ ਕੱਢੀਆਂ ਸਭ ਕੁਝ ਕੀਤਾ ਸ਼ਰਾਬਾਂ ਪੀ ਕੇ ਚਾਂਗਰਾਂ ਮਾਰੀ ਦੀਆਂ ਨੇ ਵਿੱਚ ਲੱਭਦਾ ਸਭ ਕੁਛ ਅਤੇ ਫਿਰ ਵੀ ਆਣ ਕੇ ਅਤੇ ਇਹ SHO ਨੇ ਪੈਸੇ ਲੈ ਕੇ ਕੋਈ ਇੱਦਾਂ ਦਾ ਹੋਏਗਾ ਕੋਈ ਹਿਸਾਬ ਤਾਂ ਲਾਲਚ ਵਿੱਚ ਕਰਕੇ ਅਤੇ ਹਾਂ ਬਹੁਤ ਜ਼ਿਆਦਾ ਹੁਲੜਬਾਜ਼ੀ ਕੀਤੀ ਹੋਣਾ ਅਤੇ ਮਾਮਲਾ ਹੈਗਾ ਵੀ ਸਤਬੀਰ ਸਿੰਘ ਉਹਨਾਂ ਨੇ ਇੱਕ ਦਰਖਾਸਤ ਦਿੱਤੀ ਸੀ
अपने पिंड के खिलाफ सुखविंदर सिंह के खिलाफ, तो उस तो बाद उन्होंने घर डैथ हो गई सी, तो उन्होंने बुलाया सी, फिर इन्हें मना कर दिता सी भी तुसी हाले उन्होंने घर डैथ हो गई है, साडा पिंड मामला वा, तुसी जिहड़ी इहनूं होल्ड रख लो जी। तो उस तो बाद 3 तरीक नूं जदों उन्होंने भोग वगैरह पै गए तो फिर इन्हों मैं बुलाया, तो मैं कहा भी दूजी पार्टी आ रही है तो ना की है भी तुसी आओ, तो पर इन्हें उदों भी कोई मनिया नहीं भी मैं नहीं हुण आना, तुसी इन्ने दिन डिले नहीं कीती, पहले अपने आप कहा भी हाँ उन्हें डैथ हो गई तुसी कहो। उस तो बाद फिर भी मैं एक बार इन्हों के असी उन्होंने घर रेड करके इन्होंने भी कहा भी तुसी इत्थे आ जाओ करवा दिओ, तो उस संबंध में भी जी है कोई इन्होंने की नहीं, तो असी तो जी इन्हों की दरखास्त जी दी सी दूजी पार्टी ने बुलाया बुला के तो वो रेडी है, उन्होंने को जे वो कहें साढ़े को गलती हुई असी सॉरी मंगने भी तैयार हाँ, तो बस यह सारा मामला है। इन्हें विश्वासन दसिया भी वो जी इन्हों की दरखास्त हैगी कोई एड्डा व्डा इशू नहीं है, माड़ी मोटी जी कोई तू तू मैमो हुई है उस संबंध में बुला के तो इन्हों का जरा मसला रिजोल्व करा दें। नहीं नहीं कोई कोई मतलब कि ईवन कि इकट्ठे भी नहीं होए एक दूजे के मतलब कि आमो सामने भी नहीं होए, ये मतलब कि यह कहना भी मेरे को वीडियो एक आई है, वीडियो के जो मैं गाला कट रहा है, वीडियो असी देखी है, वीडियो के जरा मतलब कि कोई नाम नहीं लै रहा किसी का नाम नहीं लै रहा, तो बाकी वेरीफाई कर लेंगे असी साढ़े ना कि बैठे हुए ने अफसर तो ए सी पी साहब आ रहे हैं, तो वो इन्होंने गलबात करके हैं जो भी मतलब कि मंग रखेंगे उस मुताबिक कर देंगे।